ਦਰਸ਼ਕੋ ਪੰਜਾਬੀ ਸਿੰਗਰ ਆਰਨੇਤ ਸਾਡੀ ਇੰਡਸਟਰੀ ਦੇ ਉਹ ਸਿੰਗਰ ਨੇ ਜਿਨ੍ਹਾਂ ਨੇ ਇੰਡਸਟਰੀ ਨੂੰ ਬੇਸ਼ੁਮਾਰ ਗਾਣੇ ਦਿੱਤੇ ਜਿਵੇਂ ਕਿ ਸਟਰਗਲਰ, ਡਿਫਾਲਟਰ, ਬਿਗ ਮੈਨ ਤੇ ਇਸ ਲਿਸਟ ਵਿੱਚ ਕਈ ਹੋਰ ਗਾਣੇ ਸ਼ਾਮਲ ਨੇ। ਆਰਨੇਤ ਦੇ ਗਾਣਿਆਂ ਦੀ ਵੇਟ ਫੈਨਸ ਵੀ ਬਹੁਤ ਹੀ ਬੇਸਬਰੀ ਨਾਲ ਕਰਦੇ ਨੇ। ਰੀਸੈਂਟਲੀ ਆਰਨੇਤ ਨੇ ਆਪਣੇ ਆਉਣ ਵਾਲੇ ਨਵੇਂ ਗਾਣੇ ਵਾਕ ਟਾਕ ਦਾ ਆਫੀਸ਼ੀਅਲ ਪੋਸਟਰ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਇਸ ਗਾਣੇ ਦੇ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਸਪੀਡ ਰਿਕਾਰਡਸ ਤੇ ਸਤ ਕਰਨਵੀਰ ਸਿੰਘ ਖੋਸਾ ਵੱਲੋਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ ਆਰਨੇਤ ਨੇ ਤੇ ਇਸ ਗਾਣੇ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਸ਼ਿਪਰਾ ਗੋਇਲ ਨੇ। ਇਸ ਗਾਣੇ ਦਾ ਮਿਊਜ਼ਿਕ ਕੀਤਾ ਹੈ ਮਿਸਟਰ ਬਾਜ਼ ਨੇ। ਇਹ ਗਾਣਾ 18 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜੇ ਅਸੀਂ ਗੱਲ ਕਰੀਏ ਵੀਡੀਓ ਦੀ ਤਾਂ ਇਸ ਗਾਣੇ ਵਿੱਚ ਆਰਨੇਤ ਦੇ ਨਾਲ ਹਰਮਨ ਬਰਾੜ ਐਜ਼ ਅ ਮਾਡਲ ਨਜ਼ਰ ਆਉਣਗੇ। ਤੁਸੀਂ ਕਿੰਨੇ ਐਕਸਾਈਟਿਡ ਹੋ ਆਰਨੇਤ ਤੇ ਸ਼ਿਪਰਾ ਗੋਇਲ ਦੇ ਨਵੇਂ ਗਾਣੇ ਵਾਕ ਟਾਕ ਲਈ? ਸਾਨੂੰ ਕਮੈਂਟ ਕਰਕੇ ਦੱਸੋ ਤੇ ਇਸ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਪਲੱਸ ਟੀਵੀ ਦੇ ਨਾਲ।